ਲੈ ਵੀ ਸੱਜਣੋ, ਜਿਹੜੇ ਸੱਜਣਾਂ ਦੀ ਆਪਾਂ ਅੱਜ ਵੀਡੀਓ ਪਾਉਣ ਲੱਗੇ ਹਾਂ ਤੁਹਾਡੇ ਸਾਹਮਣੇ, ਇਹਨਾਂ ਕੋਲੋਂ ਤੁਹਾਨੂੰ ਆਈਐਸਆਈ ਮਾਰਕਾ, ਬਿਨਾਂ ਆਈਐਸਆਈ ਮਾਰਕਾ ਹੌਲੇ ਭਾਰੇ ਸਸਤੇ ਮਹਿੰਗੇ ਸਾਰੇ ਤਰ੍ਹਾਂ ਦੇ ਪੈਪ ਮਿਲ ਜਾਂਦੇ ਆ। ਨਾਲ ਦੀ ਨਾਲ ਜੇ 5 ਕਿੱਲਿਆਂ ਤੋਂ ਜ਼ਿਆਦਾ ਜਗ੍ਹਾ ਦੇ ਤੁਸੀਂ ਪੈਪ ਮੰਗਾਉਣੇ ਆ, ਤੁਹਾਨੂੰ ਡਿਲੀਵਰੀ ਆ ਜਿਹੜੀ ਉਹ ਫ੍ਰੀ ਮਿਲ ਜੂਗੀ। ਜੇ ਰਾਹ ਦੇ ਵਿੱਚ ਪੈਪ ਟੁੱਟ ਭੱਜ ਗਿਆ ਤਾਂ ਉਹਦੇ ਜ਼ਿੰਮੇਵਾਰ ਇਹ ਹੋਣਗੇ, ਤੁਹਾਨੂੰ ਸਾਬਤਾ ਪੈਪ ਮਿਲਣ ਦੀ ਜ਼ਿੰਮੇਵਾਰੀ ਇਹ ਦੇਣਗੇ। ਨੰਬਰ 2 'ਤੇ ਸੱਜਣੋ, ਬਈ ਜੇ ਤੁਸੀਂ ਫਾਈਬਰ ਦੇ ਪੈਪ ਮੰਗਾਉਣੇ ਆ ਜਾਂ ਪਲਾਸਟਿਕ ਦੇ ਮੰਗਾਉਣੇ, ਸਾਰੇ ਆਪਸ਼ਨ ਹੈਗੇ ਆ। ਬਜਾਜ ਕਾਰਡ ਚੱਲਣ ਤੱਕ ਦੀ ਆਪਸ਼ਨ ਇਹਨਾਂ ਕੋਲ ਤੁਹਾਨੂੰ ਮਿਲ ਜੂਗੀ। ਗੈਲ ਸੈਂਟਰੀ ਵਾਲੇ ਮੁੱਲਾਪੁਰ ਵਾਲੇ ਨੰਬਰ ਸਕਰੀਨ 'ਤੇ ਦਿਸ ਰਿਹਾ ਸੱਜਣੋ। ਹੋਰ ਵੀ ਬਹੁਤ ਕੁਛ, ਟਾਈਲਾਂ, ਟੂਟੀਆਂ ਦਾ ਸਮਾਨ, ਬਹੁਤ ਕੁਛ ਮਿਲਦਾ। ਆ ਜਾਓ, ਸਾਰੀ ਵੀਡੀਓ ਦੇਖਿਓ, ਸਾਰਾ ਕੁਛ ਪਤਾ ਕਰ ਲਓ। ਮੈਂ ਵੀ ਸੱਜਣੋ, ਗੈਲ ਸੈਨੇਟਰੀ ਵਾਲਿਆਂ ਦੇ ਆਪਾਂ ਖੜ੍ਹੇ ਹਾਂ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇ ਤੁਸੀਂ ਇੱਥੋਂ ਕੋਈ ਵੀ ਮਾਲ ਖਰੀਦਦੇ ਆ, ਅਤੇ ਜੇ ਬਾਈ ਚਾਂਸ ਕਈ ਵਾਰੀ ਘਰ ਘੁਰ ਪਾਉਂਦੇ ਤਾਂ ਬਜਟ ਹਿੱਲ ਜਾਂਦਾ, ਅਤੇ ਲਾਉਣਾ ਵੀ ਜ਼ਰੂਰੀ ਹੁੰਦਾ, ਤਾਂ ਤੁਸੀਂ ਬਜਾਜ ਫਾਈਨਾਂਸ 'ਤੇ, ਇੱਥੇ ਕੋਈ ਵੀ ਜੀਰੋ ਇਨਵੈਸਟਮੈਂਟ 'ਤੇ ਬਜਾਜ ਫਾਈਨਾਂਸ 'ਤੇ 1,00,000 ਰੁਪਈਏ ਦਾ ਸਮਾਨ ਆ ਜਿਹੜਾ ਉਹ ਬਜਾਜ ਫਾਈਨਾਂਸ 'ਤੇ ਖਰੀਦ ਸਕਦੇ ਹਾਂ, ਇਸ ਤੋਂ ਜ਼ਿਆਦਾ ਦਾ ਵੀ ਖਰੀਦ ਸਕਦੇ ਹਾਂ। ਹਾਂਜੀ ਵੀਰੇ, ਉਹ ਕਸਟਮਰ ਜਿੰਨੀ ਲਿਮਿਟ ਹੈਗੀ ਆ, 1.5 ਲੱਖ ਦੀ ਆ, 2 ਲੱਖ ਦੀ ਆ, 3 ਲੱਖ ਦੀ ਆ। ਹਾਂ, ਅਤੇ ਮਤਲਬ ਬਜਾਜ ਫਾਈਨਾਂਸ 'ਤੇ ਵੀ ਤੁਸੀਂ ਸਮਾਨ ਆ ਜਿਹੜਾ ਖਰੀਦ ਸਕਦੇ ਹਾਂ। ਹੋਰ ਵੀ ਬਾਈ ਹੋਣਾਂ ਨੇ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ, ਤਾਂ ਬਹੁਤ ਸਾਰੇ ਔਫਰ ਰੱਖੇ ਆਪਾਂ ਬਾਈ ਹੋਣਾਂ ਦਾ ਸਵਾਗਤ ਕਰਦੇ। ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਨਾ ਮੈਨੂੰ ਇੱਕ ਬਾਈ ਹੋਣਾਂ ਨੇ ਗੱਲ ਬੜੀ ਸਰਪ੍ਰਾਈਜ਼ ਕੀਤਾ ਕਿ ਬਹੁਤ ਵਾਰ ਨਾ ਅਸੀਂ ਜੈਗੁਆਰ ਦੀ ਟੂਟੀ ਲਾਉਣੀ ਚਾਹੁੰਦੇ ਹੁੰਦੇ ਹਾਂ, ਅਸੀਂ ਕਹਿੰਦੇ ਕੋਈ ਨਾ ਦਾਤਾ ਸੁੱਖ ਰੱਖੇ, ਵੀ ਜਦੋਂ ਬਜਟ ਹੋਇਆ ਇਹ ਉਦੋਂ ਲਾਵਾਂਗੇ, ਪਹਿਲਾਂ ਹੁਣ ਆਪਾਂ ਡੰਗ ਟਪਾ ਲੈਂਦੇ ਹਾਂ। ਪਰ ਬਾਈ ਹੋਣਾਂ ਨੇ ਹੈਰਾਨੀ ਵਾਲੀ ਗੱਲ ਦੱਸੀ ਵੀ ਜੈਗੁਆਰ ਦੀ ਟੂਟੀ ਤਾਂ ਅਸਲ ਦੇ ਵਿੱਚ ਸਸਤੀ ਪੈਂਦੀ ਆ ਦੂਸਰੀ ਟੂਟੀ ਨੂੰ। ਹਾਂਜੀ ਹਾਂਜੀ, ਮਾੜੇ ਜਿਹੇ ਰੇਟ ਕਲੀਅਰ ਕਰ ਦਈਏ, ਕਈਆਂ ਬੰਦਿਆਂ ਨੇ ਲਾਉਣੀਆਂ ਹੁੰਦੀਆਂ। ਹਾਂਜੀ ਹਾਂਜੀ, ਸਾਰਿਆਂ ਨਾਲੋਂ ਆ ਜਾਓ, ਆਹ ਇੱਥੇ ਆ ਜਾਓ, ਆਹ ਮਤਲਬ ਜਗਾੜ ਬਹੁਤ ਮਹਿੰਗਾ, ਇਹ ਜੈਗੁਆਰ ਦਾ। ਹਾਂਜੀ ਵੀਰੇ, ਜੈਗੁਆਰ ਕੰਪਨੀ ਦਾ। ਜੈਗੁਆਰ ਦਾ ਇਹ ਕਿੰਨੇ ਦਾ ਪਊਗਾ? ਆਹ ਇਹ ਵੀਰੇ, ਜਿਵੇਂ ਆਪਾਂ ਮਾਰਕੀਟ ਦੇ ਵਿੱਚ ਆਮ ਕੰਪਨੀਆਂ ਦੇਖਦੇ ਹਾਂ, ਉਸ ਰੇਂਜ ਦੇ ਵਿੱਚ ਹੀ ਪੈਂਦਾ ਵਾ। ਜਿਵੇਂ ਕਸਟਮਰ ਨੂੰ ਇਹ ਹੁੰਦਾ ਵਾ ਵੀ ਯਾਰ ਆਪਾਂ ਜੈਗੁਆਰ ਨਹੀਂ ਲਾਉਣੀ ਹੈਗੀ, ਇਹ ਨਹੀਂ ਅਦਰ ਕੋਈ ਵੀ ਕੰਪਨੀ ਲਾ ਲੈਂਦੇ ਹਾਂ, ਵੀ ਇਹ ਉਹਨਾਂ ਨੂੰ ਲੱਗਦਾ ਵੀ ਬਹੁਤ ਮਹਿੰਗੀ ਆ ਕੰਪਨੀ। ਬਟ ਇਹ ਕੋਈ ਮਹਿੰਗੀ ਨਹੀਂ ਹੈਗੀ ਵੀਰੇ, ਅਪਰੋਕਸੀਮੇਟ ਇਹ ਕੰਪਲੀਟ ਜਿਹੜੀ ਹੈਗੀ ਆ, ਡਾਈਵਰਟਰ ਬੋਡੀ ਪਲੱਸ ਅਪਰ ਪਾਰਟ ਹੈਗੀ ਆ, 4,420 ਰੁਪਈਏ ਦੇ ਪੈਂਦੇ ਆ ਕੰਪਲੀਟ, ਅਤੇ ਇੰਨੇ ਦਾ ਹੀ ਦੂਜਾ ਪੈਂਦਾ ਹੁੰਦਾ। ਐਨੀ ਅਦਰ ਕੋਈ ਕੰਪਨੀ ਲੈ ਲਓ ਤੁਸੀਂ, ਕਈ ਕੰਪਨੀਆਂ ਤਾਂ ਵੀ ਲੋਕਲ ਪੰਜਾਬ ਦੇ ਵਿੱਚ ਹੀ ਬਣੀਆਂ ਹੋਈਆਂ ਨੇ, ਉਹਨਾਂ ਦੀ ਪ੍ਰਾਈਸ ਇਹਦੇ ਨਾਲੋਂ ਵੀ ਜ਼ਿਆਦਾ ਵਾ, ਤੇ ਬਟ ਇਹਦੀ ਕੁਆਲਿਟੀ ਹੋਰ ਵੀ ਬਹੁਤ ਜ਼ਿਆਦਾ ਵਧੀਆ ਉਹਨਾਂ ਤੋਂ। ਮਤਲਬ ਕਹਿਣ ਤੋਂ ਭਾਵੇਂ ਕਈ ਵਾਰੀ ਦੁਕਾਨਦਾਰ ਦੇਸੀ ਸਮਾਨ ਵੇਚਣ ਲਈ ਜੈਗੁਆਰ ਤੋਂ ਡਰਾ ਦਿੰਦਾ ਗਾ। ਡਰਾ ਦਿੰਦਾ, ਹਾਂਜੀ ਵੀ ਇਹ ਤਾਂ ਜੀ ਕੰਪਨੀ ਦਾ ਹੀ ਆ, ਇੱਥੋਂ ਸਪੇਅਰ ਪਾਰਟ ਨਹੀਂ ਮਿਲਣਾ ਹੈਗਾ, ਇਹਦਾ ਇਹ ਨਹੀਂ ਹੋਣਾਗਾ। ਬਟ ਇਹ ਇੱਕ ਇਹੋ ਜਿਹੀ ਚੀਜ਼, ਇੱਕ ਵਾਰੀ ਲਾ ਕੇ 10 ਸਾਲ ਦੇਖਣ ਦੀ ਲੋੜ ਨਹੀਂ ਵੀਰੇ, ਇਹਦੇ ਵਿੱਚ ਪ੍ਰੋਬਲਮ ਆਉਣੀ ਵੀ ਨਹੀਂ ਕੋਈ। ਹਾਂ, ਆਉਣੀ ਹੋਈ ਨਹੀਂ, ਅਤੇ ਨੰਬਰ 2 'ਤੇ ਆਹ ਚੀਜ਼ ਨੈੱਟ ਤੋਂ ਪੜ੍ਹੀ ਜਾ ਸਕਦੀ ਵੀ ਜੈਗੁਆਰ ਦੀ ਸਰਵਿਸ ਕਿਹੋ ਜਿਹੀ, ਸਰਵਿਸ ਕਿੱਦਾਂ ਦੀ ਆ। ਹਾਂਜੀ ਵੀਰੇ, ਵੀ ਜੈਗੁਆਰ ਕਿਵੇਂ ਘਰੇ ਪਹੁੰਚਦਾ? ਹਾਂਜੀ ਹਾਂਜੀ ਬਿਲਕੁਲ ਜੀ, ਕੋਈ ਕੰਪਲੇਂਟ ਆਉਂਦੀ ਆ ਕਸਟਮਰ ਦੇ, ਨੈਕਸਟ ਡੇ ਮੁੰਡਾ ਘਰੇ ਪਹੁੰਚ ਜਾਂਦਾ। ਅਤੇ ਦੁਕਾਨਦਾਰ ਮੇਰੇ ਹਿਸਾਬ ਨਾਲ ਫਿਰ ਦੂਜੇ ਸਮਾਨ 'ਚੋਂ ਥੋੜ੍ਹੀ ਜਿਹੀ ਬੱਚਤ ਜ਼ਿਆਦਾ ਹੁੰਦੀ, ਉਹ ਤਾਂ ਕਰਕੇ ਉਹ ਜੈਗੁਆਰ ਨੂੰ ਪਿੱਛੇ ਕਰਨ ਲੱਗ ਜਾਂਦਾ। ਬਿਲਕੁਲ, ਇਹਦੇ ਵਿੱਚੋਂ ਦੇਖੋ ਬੱਚਤ ਕੋਈ ਨਹੀਂ ਹੈਗੀ, ਬਟ ਸਾਨੂੰ ਇਹ ਹੁੰਦਾ ਵਾ ਵੀ ਇੱਕ ਵਾਰੀ ਚੀਜ਼ ਕਸਟਮਰ ਨੇ ਲਾਤੀ ਤਾਂ ਸਾਨੂੰ ਬਾਅਦ 'ਚੋਂ ਕੋਈ ਬੋਦਰੇਸ਼ਨ ਨਾ ਹੋਵੇ, ਬਾਰ ਬਾਰ ਕੰਪਲੇਂਟ ਨਾ ਆਵੇ, ਉਹ ਚੀਜ਼ ਸਾਨੂੰ ਨਹੀਂ ਵਧੀਆ ਲੱਗਦੀ ਹੈਗੀ। ਹਾਂ, ਮਤਲਬ ਕਹਿਣ ਤੋਂ ਭਾਵ ਵੀ ਇਹ ਤਾਂ ਸਿਰਫ ਉਹ ਆ ਕਿ ਸਿੱਧਾ ਕੰਪਨੀ ਨੂੰ ਹੀ ਜਿੰਨੇ ਕੁ ਬਚਦੇ ਉਨੇ ਹੀ ਬਚਦੇ ਆ, ਇਹਦੇ 'ਚ ਦੁਕਾਨਦਾਰ ਨੂੰ ਨਹੀਂ ਕੁਛ ਬਚਦਾ। ਨਹੀਂ ਨਹੀਂ, ਬਚਣ ਬਚਾਉਣ ਨੂੰ ਕੁਛ ਨਹੀਂ ਹੈਗਾ, ਬਟ ਅਸੀਂ ਨਹੀਂ ਸੋਚਦੇ ਕਿ ਵੀ ਆਪਾਂ ਨੂੰ ਹਰੇਕ ਚੀਜ਼ ਦੇ ਵਿੱਚੋਂ ਬਚਾਉਣਾ ਹੀ ਚਾਹੀਦਾ ਵਾ,
ਕੁਆਲਿਟੀ ਵੀ ਮੈਟਰ ਕਰਦੀ ਹੈ। ਮਤਲਬ ਕਹਿਣ ਤੋਂ ਭਾਵ ਵੀ ਇੱਕ ਵਾਰ ਨਾ ਬਾਈ ਹੋਣਾ ਦੇ ਨੰਬਰ ਤੇ ਤੁਸੀਂ ਜਿਹੜੀ ਵੀ ਸਮਾਨ ਟੂਟੀ ਹੋਰ ਕਿਤੋਂ ਖਰੀਦ ਰਹੇ ਆ ਤਾਂ ਇੱਕ ਵਾਰੀ ਜੈਗੋਰ ਦਾ ਵੀ ਪਤਾ, ਹਾਂਜੀ ਹਾਂਜੀ ਬਿਲਕੁਲ ਵੀ ਉਹ ਕਿੱਥੇ ਖੜਾ, ਹਾਂਜੀ ਬਿਲਕੁਲ ਬਿਲਕੁਲ ਜੀ, ਵੀ ਉਦਾਂ ਹੀ ਕਹਿਣ ਨੂੰ ਹੀ ਨਾ ਕਿਸੇ ਦੇ ਕਹਿਣ ਸਿਰ ਤੇ ਹੀ ਨਾ ਰਹਿ ਜਾਓ ਕਿ ਜੈਗੋਰ ਬਹੁਤ ਮਹਿੰਗਾ ਪੈਂਦਾ। ਜੈਗੋਰ ਦਾ ਸਾਰਾ ਸਮਾਨ ਹੀ ਤਕਰੀਬਨ ਬਰਾਬਰ ਜੀ, ਹਾਂਜੀ ਹਾਂਜੀ ਵੀਰੇ ਆਲਮੋਸਟ ਹਰੇਕ ਚੀਜ਼ ਕਹਿ ਸਕਦੇ ਹਾਂ, ਕਿਉਂਕਿ ਕੰਪਨੀ ਦੇ ਦੇਖੋ ਮੀਡੀਅਮ ਪ੍ਰਾਈਸ ਦੇ ਵਿੱਚ ਵੀ ਪ੍ਰੋਡਕਟ ਹੈਗੇ ਆ। ਜਿਵੇਂ ਆਪਾਂ ਸੀਟ ਦੀ ਗੱਲ ਕਰਦੇ ਹਾਂ, ਸੀਟ ਇਹਦੀ 6-7 ਹਜ਼ਾਰ ਤੋਂ ਸਟਾਰਟ ਹੋ ਜਾਂਦੀ ਆ। ਜੇ ਆਪਾਂ ਕਹੀਏ ਵੀ ਆਪਾਂ ਲਾਉਣੀ 25 ਹਜ਼ਾਰ ਦੀ, ਉਹ ਇੱਕ ਅਲੱਗ ਮੈਟਰ ਆ। 6 ਹਜ਼ਾਰ ਦੀ ਵੀ ਹੈਗੀ ਆ, 8 ਹਜ਼ਾਰ ਦੀ ਵੀ ਹੈਗੀ ਆ, 10 ਹਜ਼ਾਰ ਦੀ ਵੀ ਹੈਗੀ ਆ। ਮਤਲਬ ਜੈਗੂਆਰ ਦੇ ਕੋਲੇ ਵੀ ਸਾਰੇ ਬਜਟ ਦੇ ਵਿੱਚ, ਸਾਰੇ ਬਜਟ ਦੇ ਵਿੱਚ ਹਾਂਜੀ ਪ੍ਰੋਡਕਟ ਹੈਗੇ ਆ ਜੈਗੂਆਰ ਦੇ ਵਿੱਚ, ਹਾਂਜੀ ਬਿਲਕੁਲ। ਬਾਕੀ ਉਧਰਲੇ ਪਾਸੇ ਮੈਂ ਦੇਖ ਰਿਹਾ ਸੀ ਉਹ ਸਜਾਵਟ ਵਾਲੇ, ਉਹ ਬੜਾ ਸੋਹਣਾ ਸਮਾਨ ਲੱਗਿਆ ਹੋਇਆ ਬਾਈ, ਉਹ ਅਸੈਸਰੀ ਆਪਾਂ ਉਹ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਕੁਛ ਸਮੇਂ ਚ ਖਰਾਬ ਹੋ ਜਾਂਦੇ ਹੋਣਗੇ, ਪੂਰੀ ਫੁੱਲ ਗਰੰਟੀ ਆ ਜੀ। ਜੀ ਪੋਲਿਸ਼, ਹਾਂਜੀ ਹਾਂਜੀ ਜੀ, 5 ਸਾਲ ਦੀ ਗਰੰਟੀ ਹੈ ਵੀਰੇ, ਕੋਈ ਵੀ ਪ੍ਰੋਬਲਮ ਆਉਂਦੀ ਆ ਪੀਸ ਸੇਮ ਟਾਈਮ ਸਾਡੇ ਕੋਲ ਚੇਂਜ ਹੋ ਜਾਣਾ ਵਾ। ਇਹ ਨਹੀਂ ਹੈਗਾ ਕੰਪਨੀ ਦਾ ਮੁੰਡਾ ਆ ਕੇ ਦੇਖੂਗਾ ਜੀ ਤੁਸੀਂ ਇਹਦੇ ਉੱਤੇ ਆਹ ਲਾਤਾ ਉਹ ਕਰਤਾ, ਕੋਈ ਆਪਾਂ ਨੂੰ ਨੈਚੁਰਲ ਪ੍ਰੋਬਲਮ ਲੱਗਦੀ ਆ ਵੀ ਇਹਦਾ ਹਨਾ ਕਰੋਮ ਉੱਖਣ ਲੱਗ ਗਿਆ ਜਾਂ ਕੁਛ ਵੀ ਆ, ਇਸ ਤਰ੍ਹਾਂ ਦਾ ਕੋਈ ਵੀ ਫਾਲਟ ਆਉਂਦਾ ਵਾ ਤਾਂ ਵਾਪਸੀ ਆ ਪੂਰੀ, ਉਹ ਇਸ ਤਰ੍ਹਾਂ ਦੇ ਵਿੱਚ ਵੀ ਹੈਗੀ ਆ। ਹਾਂਜੀ 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 ਹਾਂਜੀ, ਇਹਨਾਂ ਦੀ 7 ਸਾਲ ਦੀ ਗਰੰਟੀ ਹੁੰਦੀ ਹੈ ਵੀਰੇ। ਅੱਛਾ, ਇਹ ਵੀ ਐਵੇਂ ਹੀ ਰਹੂਗਾ? ਬਿਲਕੁਲ ਇਦਾਂ ਹੀ ਰਹੂਗਾ। ਠੀਕ ਆ ਜੀ, ਠੀਕ ਆ। ਤੇ ਉਦੋਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਨਹੀਂ ਕੀਤੀਆਂ ਜਾਣਗੀਆਂ ਜੀ ਤੁਸੀਂ ਤਾਂ ਫਲਾਨੀ ਚੀਜ਼ ਘਸਾਤੀ ਤੇ ਧਮਕੀ ਘਸਾਤੀ? ਬਸ ਕੋਈ ਵੀ ਕੈਮੀਕਲ ਨਹੀਂ ਲਾਉਣਾ ਹੈਗਾ ਵੀਰੇ ਇਹਦੇ ਉੱਪਰ। ਜਿਵੇਂ ਆਪਾਂ ਹਾਰਪਿਕ ਲਾਤਾ ਕੋਈ ਟਾਈਲ ਕਲੀਨਰ ਦਾ, ਕਿਉਂਕਿ ਉਹਦੇ ਵਿੱਚ ਐਸਿਡ ਹੁੰਦਾ ਵਾ, ਉਹ ਇਹਨੂੰ ਖਰਾਬ ਕਰ ਦਿੰਦਾ ਵਾ। ਕੋਈ ਆਪਾਂ ਨੂੰ ਲੱਗਦਾ ਵੀ ਕੰਪਨੀ ਦਾ ਫਾਲਟ ਹੈਗਾ ਵਾ ਜਾਂ ਇਹਦੇ ਉੱਪਰ ਕਰੋਮ ਉੱਖੜਨ ਲੱਗ ਗਿਆ, ਕਿਉਂਕਿ ਇਹਦੇ ਉੱਪਰ ਕਰੋਮਿੰਗ ਕੀਤੀ ਹੁੰਦੀ ਆ। ਕਰੋਮ ਜਦੋਂ ਖਰਾਬ ਹੋ ਗਿਆ ਕੰਪਨੀ ਦਾ ਇਹ ਹੁੰਦਾ ਫਾਲਟ ਵੀ ਇਹ ਸਾਡੀ ਗਲਤੀ, ਅਸੀਂ ਵਧੀਆ ਕਰੋਮ ਨਹੀਂ ਕਰਕੇ ਦਿੱਤਾ, ਉਹ ਫਿਰ ਕੰਪਨੀ ਜਿਹੜੀ ਪੀਸ ਚੇਂਜ ਕਰ ਦਿੰਦੀ ਆ, ਆਪਾਂ ਇੱਥੋਂ ਹੀ ਕਰਕੇ ਦੇ ਦਈਦਾ ਪਾ ਵੀਰੇ। ਹਾਂ, ਇਹਨਾਂ ਤੇ ਟਾਈਲਾਂ ਤੇ ਬਾਈ ਕੀ ਆਫਰ ਆ ਵੀਰੇ? ਆਪਾਂ ਮਾੜਾ ਜਿਹਾ ਟਾਈਲਾਂ ਤੇ ਸ਼ੁਰੂ ਕਰ ਦਈਏ ਹਨਾ, ਵੀ ਇਹਦੇ ਮੈਨੂੰ ਰੇਟ ਵੀ ਮਾੜਾ ਜਿਹਾ ਕਨਫਰਮ ਕਰ ਦਿਓਗੇ, ਬੰਦਾ ਸੁਣਨ ਵਾਲਾ ਪਤਾ ਲੱਗ ਜਾਵੇ ਵੀ ਹਾਂ ਮਾਰਕੀਟ ਦੇ ਵਿੱਚ ਵਾਕਈ ਭਾਅ 'ਚ ਮਿਲਦੀ ਹੈ ਚੀਜ਼। ਇਹ ਜਿਹੜੀ ਹੈ 2x2 ਸਾਈਜ਼ ਦੇ ਵਿੱਚ ਇਹ ਹੈਗੀ ਹੈ ਮੈਟ ਫਿਨਿਸ਼ ਦੇ ਵਿੱਚ ਟਾਈਲ ਜੀ। ਇਹਦਾ ਜਿਹੜਾ ਡੱਬੇ ਦਾ ਪ੍ਰਾਈਜ਼ ਆ ਉਹ 480 ਰੁਪਏ ਦਾ ਡੱਬਾ ਆਪਾਂ ਨੋਰਮਲ ਸੇਲ ਕਰਦੇ ਹਾਂ, ਬਾਕੀ ਆਪਣੇ ਇਕੱਲੇ ਇਕੱਲੇ ਪ੍ਰਾਈਜ਼ ਇਹਦੇ 'ਤੇ ਹਰੇਕ ਟਾਈਲ ਦੇ ਉੱਪਰ ਲੱਗੇ ਵੀ ਹੋਏ ਆ ਮੈਟ ਦੇ ਵਿੱਚ 2x2 'ਚ ਜਿੰਨੇ ਵੀ ਆਪਣੇ ਕੋਲ ਸ਼ੇਡ ਆ। ਜਿਹੜਾ ਵੀ ਆਪਣੀ ਵੀਡੀਓ ਦੇਖ ਕੇ ਆਪਣੇ ਕੋਲ ਆਊਗਾ, ਤੁਹਾਡਾ ਨਾਮ ਲਊਗਾ, ਉਹਨੂੰ ਆਪਾਂ ਨੈੱਟ 400 ਰੁਪਏ ਦਾ ਡੱਬਾ ਦੇਵਾਂਗੇ ਇਹਦਾ ਮੈਟ ਫਿਨਿਸ਼ ਦੇ ਵਿੱਚ 2x2 ਦੇ ਵਿੱਚ ਜੀ। ਜੀ, ਅਤੇ ਇੱਧਰਲੇ ਪਾਸੇ ਮਤਲਬ ਸਾਰਿਆਂ 'ਤੇ ਮਿਲੂਗਾ? ਇਹ ਤਾਂ 520 ਲਿਖਿਆ ਹੋਇਆ ਜਿਹੜਾ, ਇਹ 520 ਵਾਲਾ ਇਹ ਆ ਜਾਂਦੀ ਆ ਡਬਲ ਚਾਰਜ ਟੈਲ ਪ੍ਰੀਮੀਅਮ ਦੇ ਵਿੱਚ। ਜਿਹੜਾ 520 ਵਾਲਾ ਡਬਲ ਚਾਰਜ ਵਾਲਾ ਬੋਕਸ ਆ ਉਹ ਆਪਾਂ ਨੂੰ ਜਿਹੜਾ 480 ਰੁਪਏ ਦਾ ਆਪਾਂ ਨੈੱਟ ਡੱਬਾ ਦੇਵਾਂਗੇ। ਠੀਕ ਹੈ ਜੀ, ਹਾਂਜੀ ਮਿਲ ਜੂਗਾ 480 ਦਾ, ਜਿਹੜਾ 520 ਦਾ ਕਸਟਮਰ, ਜਿਹੜਾ 520 ਰੁਪਏ ਦਾ ਡੱਬਾ ਉਹ 40 ਰੁਪਏ ਡੱਬਾ ਆਪਾਂ ਇਹਦੇ ਵਿੱਚੋਂ ਵੀ ਡਿਸਕਾਊਂਟ ਕਰਕੇ ਚੱਲਾਂਗੇ ਜੀ। ਇਹ ਜਿਹੜੇ ਆਪਣੇ ਪ੍ਰਾਈਜ਼ ਪਹਿਲਾਂ ਲੱਗੇ ਹੋਏ ਆ ਇਹ ਨੈੱਟ ਪ੍ਰਾਈਜ਼ ਸੀਗੇ ਆਪਣੇ ਜਿਸ 'ਤੇ ਆਪਾਂ ਵੇਚਦੇ ਹਾਂ, ਪਰ ਜੋ ਵੀ ਆਪਣੀ ਵੀਡੀਓ ਨੂੰ ਦੇਖ ਕੇ ਆਉਣਗੇ ਤੁਹਾਡਾ ਨਾਮ ਲੈਣਗੇ ਉਹਨਾਂ ਨੂੰ ਆਪਾਂ ਇਹਦੇ ਵਿੱਚ ਵੀ 40 ਰੁਪਏ ਡੱਬਾ ਜਿਹੜਾ ਸਪੈਸ਼ਲ ਡਿਸਕਾਊਂਟ ਆਪਾਂ ਉਹਨਾਂ ਨੂੰ ਕਰਾਂਗੇ ਜੀ। ਅਤੇ ਇਹ ਔਫਰ ਤਕਰੀਬਨ ਉੱਧਰਲੇ ਪਾਸੇ ਸਾਰੇ ਪਾਸੇ ਚੱਲਦੇ ਰਹਿਣਗੇ? ਇਹ ਸਾਰੇ ਪਾਸੇ ਔਫਰ ਹੈ, ਜਿੰਨੇ ਪਰਸੈਂਟੇਜ ਆਪਾਂ ਤੁਹਾਨੂੰ ਦੱਸਿਆ ਇਹ ਤੁਹਾਨੂੰ ਹਰੇਕ ਸਾਈਜ਼ ਦੇ ਵਿੱਚ ਆਪਾਂ ਸੇਮ ਪਰਸੈਂਟੇਜ ਦੇ ਵਿੱਚ ਡਿਸਕਾਊਂਟ ਦੇਵਾਂਗੇ। ਆਪਾਂ ਇੱਧਰਲੇ ਪਾਸੇ ਵੀ ਥੋੜ੍ਹੀ ਬਹੁਤੀ ਗੱਲਬਾਤ ਇੱਧਰਲੇ ਪਾਸੇ ਵੀ ਕਰ ਲਈਏ ਤਾਂ ਜੋ ਜਾਣਕਾਰੀ ਸਾਰੀ ਇੱਥੇ ਵੀ ਬਜਾਜ ਕਾਰਡ ਦਾ ਕੰਮ ਕਰਦਾ? ਹਾਂਜੀ ਹਾਂਜੀ ਵੀਰੇ ਬਿਲਕੁਲ, ਤੁਸੀਂ ਬਜਾਜ ਕਾਰਡ ਦੇ ਉੱਪਰ ਆਪਣੀ ਦੁਕਾਨ ਦੇ ਉੱਪਰੋਂ ਕੋਈ ਵੀ ਚੀਜ਼ ਲੈਣੀ ਆ ਉਹ ਆਪਾਂ ਨੂੰ ਪ੍ਰੋਪਰ ਮਿਲੂਗੀ, ਚਾਹੇ 1 ਲੱਖ ਰੁਪਏ ਦੀ ਹੋਵੇ ਚਾਹੇ 1.5 ਲੱਖ ਦਾ ਮਟੀਰੀਅਲ, ਆਪਣਾ ਜਿਹੜਾ ਹੈਗਾ ਉਹ ਪ੍ਰੋਪਰ ਫਾਈਨਾਂਸ ਕੰਪਨੀ ਨੇ ਕਰ ਦੇਣਾ ਵਾ, ਆਪਣੇ ਅਕਾਊਂਟ ਦੇ ਵਿੱਚ ਪੈਸੇ ਆ ਜਾਣੇ ਆ,
ਉਹ ਸਾਤੋਂ ਚਾਹੇ ਮਹੀਨੇ 'ਚ ਸਮਾਨ ਚੱਕੀ ਚੱਲੋ, ਚਾਹੇ ਦੋ ਮਹੀਨਿਆਂ 'ਚ ਚੱਕੀ ਚੱਲੋ, ਚਾਹੇ 6 ਮਹੀਨਿਆਂ, ਜਿੰਨਾ ਟਾਈਮ ਤੁਹਾਡਾ ਕੰਮ ਨਹੀਂ ਨਿਬੜਦਾ ਗਾ ਤੁਹਾਨੂੰ ਇੱਕ ਵਾਰੀ ਫਾਈਨਾਂਸ ਕਰ ਦੇਣਾ ਵਾ ਕੰਪਨੀ ਨੇ ਵੀ 1,00,000 ਰੁਪਈਆ ਅਸੀਂ ਗੈਲ ਸੈਂਟਰ ਦੇ ਅਕਾਊਂਟ ਦੇ ਵਿੱਚ ਪਾਤਾ, ਮਾਲ ਚੱਕੀ ਚੱਲੋ ਜਿੰਨਾ ਟਾਈਮ ਹੁਣ ਤੁਹਾਡਾ 1,00,000 ਰੁਪਈਆ ਨਹੀਂ ਖਤਮ ਹੁੰਦਾ। ਆਹ ਵੱਡੀ ਟਾਇਰ ਆ ਇਹਦੇ ਕੀ ਉੱਪਰ ਸਟਾਰਟਿੰਗ ਆ ਉਹ ਆਪਣੇ ਕੋਲ 40 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦੀ ਹੈ। ਅਲੱਗ ਅਲੱਗ ਕੰਪਨੀ ਵਾਈਜ਼, ਉਹਦੀ ਕੁਆਲਿਟੀ ਵਾਈਜ਼ ਹਰੇਕ ਕੰਪਨੀ ਦੀ ਸੀਰੀਜ਼ ਆ ਜਾਂਦੀ ਹੈ, ਉਹਦੇ ਅਕੋਰਡਿੰਗਲੀ ਆਪਣੇ ਕੋਲ 60 ਰੁਪਏ 65 ਰੁਪਏ ਦੀ ਰੇਂਜ ਤੱਕ 3264 ਦੇ ਵਿੱਚ ਆਪਣੇ ਕੋਲ ਡਿਜ਼ਾਈਨ ਹਾਜ਼ਰ ਆ। ਮੇਨ ਜਿਹੜਾ ਸਭ ਤੋਂ ਸਾਈਜ਼ ਚੱਲਦਾ ਵਾ, ਜਿਹਦੀ ਰਿਕੁਆਇਰਮੈਂਟ ਸਭ ਤੋਂ ਜ਼ਿਆਦਾ ਆ, ਉਹ ਸਾਈਜ਼ ਹੈਗਾ 4x2 ਦਾ ਜੀ। ਬਾਈ ਨੇੜੇ ਰਹੋ, ਤੁਹਾਡੇ ਕੋਲ ਮੈਕ ਲੱਗਿਆ ਹੋਰ ਬਾਈ ਦੀ ਆਵਾਜ਼। ਇਹ 4x2 ਦਾ ਜਿਹੜਾ ਸਾਈਜ਼ ਆ, ਇਹ ਅੱਜ ਕੱਲ੍ਹ ਬਾਥਰੂਮਾਂ ਦੇ ਵਿੱਚ ਵੀ ਰੈਗੂਲਰ ਯੂਜ਼ ਹੁੰਦਾ, ਫਲੋਰਿੰਗ ਵਾਸਤੇ ਵੀ ਯੂਜ਼ ਹੁੰਦਾ। ਇਹਦੇ ਵਿੱਚ ਜਿਹੜੀ ਰੇਂਜ ਆ, ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ, ਸ਼ੇਅਰ ਕਰੂਗਾ ਵੀਡੀਓ ਨੂੰ, ਉਹਦੇ ਵਾਸਤੇ 480 ਰੁਪਏ ਤੋਂ ਇਹਦੇ ਵਿੱਚ ਵੀ 4x2 ਦੇ ਵਿੱਚ ਵੀ ਆਪਣੇ ਕੋਲ ਜਿਹੜਾ ਡੱਬਾ ਉਹ ਸਟਾਰਟ ਹੋ ਜਾਊਗਾ। ਕੋਈ ਵੀ ਕਸਟਮਰ ਆਉਂਦਾ ਵਾ ਇੱਥੋਂ ਦੇਖ ਸਕਦਾ ਵੀ ਇਹ ਇੰਨੀ ਕੁ ਦੀ ਰੇਂਜ ਵਾਲਾ ਡੱਬਾ ਹੈਗਾ ਵਾ, ਵੀ ਇਹ ਮੇਰੇ ਬਜਟ 'ਚ ਹੈਗਾ ਕਿ ਨਹੀਂ ਹੈਗਾ, ਜਿੰਨੇ ਵੀ ਡਿਜ਼ਾਈਨ ਆ ਸਾਰਿਆਂ 'ਤੇ ਲੱਗੇ ਹੋਏ ਆ। ਕੋਈ ਵੀ ਕਸਟਮਰ ਆ, ਜਿਵੇਂ ਹੁਣ ਆਪਣਾ ਮੇਨ ਕੰਮ ਨਾਲ ਸੈਂਟਰੀ ਦਾ ਵੀ ਆ, ਬੋਰਾਂ ਦਾ ਵੀ ਆ, ਜਦੋਂ ਘਰ ਦੀ ਨੀਂਹ ਰੱਖੀ ਜਾਂਦੀ ਹੈ ਕਸਟਮਰ ਆਪਣੇ ਕੋਲ ਉਦੋਂ ਹੀ ਆਉਣਾ ਸ਼ੁਰੂ ਕਰ ਦਿੰਦਾ। ਉਦੋਂ ਤੋਂ ਹੀ ਟੈਲਾਂ ਦੀ ਅੱਜ ਕੱਲ੍ਹ ਜਿਹੜਾ ਸਿਸਟਮ ਆ ਕਿ ਕਸਟਮਰ ਦੇ ਮਾਇੰਡ ਦੇ ਵਿੱਚ ਹੁੰਦਾ ਵੀ ਉਹਨੇ ਕਿਹੜਾ ਸਾਈਜ਼ ਲਾਉਣਾ, ਜਦੋਂ ਘਰ ਬਣਨਾ ਸ਼ੁਰੂ ਹੋ ਗਿਆ ਉਦੋਂ ਤੋਂ ਹੀ ਉਹ ਸਾਰੀਆਂ ਚੀਜ਼ਾਂ ਨੂੰ ਯਾਨੀ ਕਿ ਆਪਣਾ ਦੇਖਣਾ ਸ਼ੁਰੂ ਕਰ ਦਿੰਦਾ। ਆਪਣੇ ਕੋਲ ਯਾਨੀ ਕਿ ਇਹ ਇਕੱਲੀ ਇਕੱਲੀ ਟਾਇਲ ਦੇ ਉੱਪਰ ਆਪਣਾ ਕੰਪਨੀ ਵਾਈਜ਼ ਰੇਟ ਲੱਗਿਆ ਹੋਇਆ, ਔਰ ਜਿਹੜੇ ਇਹ ਰੇਟ ਆ ਇਹ ਆਪਣੇ ਆਸੇ ਪਾਸੇ ਆਪਾਂ 50 ਕਿਲੋਮੀਟਰ ਦੇ ਵਿੱਚ ਪੂਰਾ ਟਰਾਈ ਕਰਕੇ ਰੇਟ ਆਪਣੇ ਲਾਏ ਹੋਏ ਆ ਵੀ ਆਪਾਂ ਨੈੱਟ ਰੇਟ 'ਤੇ ਇਸ ਰੇਟ 'ਤੇ ਆਪਾਂ ਕਸਟਮਰ ਨੂੰ ਮਾਲ ਦੇਣਾ ਵਾ ਜੀ। ਇਹਦੇ ਵਿੱਚ ਇਹ ਨਹੀਂ ਗਾ ਜਿਵੇਂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਸਿਸਟਮ ਚੱਲਿਆ ਹੋਇਆ ਵੀ ਕਾਰੀਗਰ ਨਾਲ ਆ ਗਿਆ ਤਾਂ ਉਹਦੇ ਵਾਸਤੇ ਰੇਟ ਹੋਰ ਆ ਜਾਂ ਦੂਸਰੇ ਵਾਸਤੇ ਹੋਰ ਆ, ਕਸਟਮਰ ਸਿੱਧਾ ਆਉਂਦਾ ਚਾਹੇ ਕਾਰੀਗਰ ਆਉਂਦਾ ਆਪਣੇ ਰੇਟ ਦੇ ਵਿੱਚ ਫਰਕ ਨਹੀਂ ਪਊਗਾ। ਔਰ ਜਿਹੜੇ ਰੇਟ ਆਪਣੇ ਲੱਗੇ ਹੋਏ ਆ ਕੰਪਨੀ ਵਾਈਜ਼ ਕਸਟਮਰ ਜਿੱਥੇ ਮਰਜ਼ੀ ਟਰਾਈ ਕਰ ਸਕਦਾ, ਬਾਜ਼ਾਰ ਦੇ ਨਾਲ ਉਹ 20 ਜਾਂ 30 ਰੁਪਈਆ ਬੋਕਸ ਆਪਣਾ ਘੱਟ ਹੋਊਗਾ ਕਿਸੇ ਵੀ ਸ਼ੇਡ ਦੇ ਵਿੱਚ, ਯਾਨੀ ਕਿ ਇਹ ਨਹੀਂ ਹੋਊਗਾ ਵੀ ਆਪਣਾ ਪ੍ਰਾਈਜ਼ ਕਿਸੇ ਨਾਲੋਂ ਆਪਣਾ ਜ਼ਿਆਦਾ ਲੱਗਿਆ ਹੋਵੇ, ਉਹ ਚੀਜ਼ ਦੀ ਆਪਣੀ ਫੁੱਲ ਰਿਸਪੋਂਸੀਬਿਲਟੀ ਹੈ ਜੀ। ਔਰ ਸੀਰੀਜ਼ ਵੀ ਆਪਣੇ ਕੋਲ ਯਾਨੀ ਕਿ ਇਹਦੇ ਵਿੱਚ ਮੈਟ ਗਲੋਸੀ ਜੋ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਨਵੀਂ ਸੀਰੀਜ਼ ਚੱਲੀ ਆ, ਕਾਰਬਿੰਗ ਇਫੈਕਟ ਦੇ ਵਿੱਚ ਰੇਸ਼ੇ ਨੇ ਗਲੋ ਕਰਨਾ, ਬਾਕੀ ਟਾਇਲ ਮੈਟ ਆ, ਹਰੇਕ ਰੇਂਜ ਆਪਾਂ ਨੂੰ ਆਪਣੇ ਕੋਲੋਂ ਮਿਲੂਗੀ ਜੀ 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 ਜੀ। ਔਰ ਡਿਜ਼ਾਈਨ ਹਰੇਕ ਤਰ੍ਹਾਂ ਦਾ ਡਿਜ਼ਾਈਨ ਨੋਰਮਲ ਗਲੋਸ ਦੇ ਵਿੱਚ, ਹਾਈ ਗਲੋਸ ਦੇ ਵਿੱਚ, ਹਰੇਕ ਡਿਜ਼ਾਈਨ ਆਪਣੇ ਕੋਲੋਂ ਯਾਨੀ ਕਿ ਤੁਹਾਨੂੰ ਹਰੇਕ ਸਾਈਜ਼ ਦੇ ਵਿੱਚ ਅਵੇਲੇਬਲ ਹੋਊਗਾ ਜੀ। ਔਰ ਬਹੁਤ ਤਰ੍ਹਾਂ ਦੇ ਆਪਣੇ ਕੋਲ ਡਿਜ਼ਾਈਨ ਇਸ ਤਰ੍ਹਾਂ ਦੇ ਹੈਗੇ ਆ, ਜਿਵੇਂ ਮੰਨ ਲਓ ਆਹ ਵਾਲਾ ਡਿਜ਼ਾਈਨ ਆ ਜੀ, ਇਹ ਵਾਲਾ ਡਿਜ਼ਾਈਨ ਆਪਣੇ ਕੋਲ 4 ਫੁੱਟ ਦੇ ਵਿੱਚ ਵੀ ਸੇਮ ਹੈਗਾ, 32x64 'ਚ ਵੀ, 6x4 8x4 ਜਿੰਨੇ ਵੀ ਸਾਈਜ਼ ਕੰਪਨੀ ਬਣਾਉਂਦੀ ਆ ਆਪਣੇ ਕੋਲ 14-15 ਕਲਰ ਇਹੋ ਜਿਹਾ ਜਿਹੜੇ ਆਪਾਂ ਨੂੰ ਸਾਰੇ ਸਾਈਜ਼ 'ਚ ਮਿਲ ਜਾਣਗੇ। ਕਈ ਵਾਰੀ ਕਸਟਮਰ ਦਾ ਇਹ ਹੁੰਦਾ ਵੀ ਬਜਟ ਦਾ ਵੀ ਨਾਲ ਉਹਨੇ ਧਿਆਨ ਰੱਖਣਾ ਹੁੰਦਾ ਵੀ ਆਪਾਂ ਲੋਬੀ ਦੇ ਵਿੱਚ ਵੱਡਾ ਸਾਈਜ਼ ਲਾ ਲੈਂਦੇ ਹਾਂ, ਕਮਰਿਆਂ ਦੇ ਵਿੱਚ ਆਪਾਂ ਛੋਟਾ ਲਾ ਲੈਂਦੇ ਹਾਂ ਜੀ। ਆਮ ਜਗ੍ਹਾ 'ਤੇ ਕੀ ਹੁੰਦਾ ਵੀ ਉਹ ਸੇਮ ਕਲਰ ਉਹਨਾਂ ਨੂੰ ਮਿਲਦਾ ਨਹੀਂ, ਮਿਲਦਾ, ਪਰ ਆਪਣੇ ਕੋਲ ਬਹੁਤ ਕਨਸੈਪਟ ਇਹੋ ਜਿਹਾ ਹੈਗਾ ਜਿਨ੍ਹਾਂ ਦੇ ਵਿੱਚ ਛੋਟੇ ਔਰ ਵੱਡੇ ਦੇ ਵਿੱਚ ਸੇਮ ਕਲਰ ਮਿਲੂਗਾ ਜੀ। ਸੇਮ ਮਿਲ ਜੂਗਾ ਤੇ ਗਲੋਸੀ ਤੇ ਮੈਟ ਦੇ ਵਿੱਚ ਵੀ ਮਿਲ ਜੂਗਾ, ਗਲੋਸੀ ਔਰ ਮੈਟ ਦੇ ਵਿੱਚ ਵੀ ਮਿਲ ਜੂਗਾ ਜੀ। ਔਰ ਸੇਮ ਡਿਜ਼ਾਈਨ ਜਿਵੇਂ ਇਹ ਕੰਪਨੀ ਗਲੋਸ ਵੀ ਬਣਾਉਂਦੀ ਹੈ, ਇਹ ਡਿਜ਼ਾਈਨ ਮੈਟ ਦੇ ਵਿੱਚ ਵੀ ਆਉਂਦਾ। ਜਿਵੇਂ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਸ਼ੇਡ ਦਿਖਾ ਦਿੰਦਾ ਜੀ ਐਗਜ਼ਾਮਪਲ ਦੇ ਤੌਰ ਤੇ, ਜਿਵੇਂ ਹੁਣ ਆਹ ਵਾਲਾ ਸ਼ੇਡ ਆ ਗਿਆ ਜੀ, ਇਹ 4x2 ਦੇ ਵਿੱਚ ਇਹ ਗਲੋਸ ਫਿਨਿਸ਼ ਦੇ ਵਿੱਚ ਆ ਗਿਆ ਜੀ। ਇਹੀ ਸੇਮ ਡਿਜ਼ਾਈਨ
ਮੈਟ ਦੇ ਵਿੱਚ ਵੀ ਸਪੈਸ਼ਲ ਸੀਰੀਜ਼, ਸਿਰਫ ਰੇਸ਼ੇ ਨੇ ਗਲੋ ਕਰਨਾ ਜੀ, ਬਾਕੀ ਟਾਇਲ ਸਾਰੀ ਮੈਟ ਆ ਜੀ। ਹਾਂ ਇੰਨਾ ਕੁ ਤਾਂ ਹੀ ਸਿੱਖ ਗਿਆ ਤੁਰ ਫਿਰ ਕੇ ਵੀ ਇਹਨੂੰ ਕਾਰਬਿੰਗ ਕਹਿ ਦਿੰਦੇ ਹਨਾ ਬ੍ਰੇਕ। ਕਾਰਬਿੰਗ ਹਾਂਜੀ ਬਿਲਕੁਲ ਜੀ। ਐਂ ਤਾਂ ਅੱਧੇ ਕੁ ਦੁਕਾਨਦਾਰ ਬਣੇ ਪਏ ਆ ਤੁਰ ਫਿਰ ਕੇ। ਹਾਂਜੀ ਹਾਂਜੀ। ਔਰ ਜਿੰਨੇ ਵੀ ਇਹ ਡਿਜ਼ਾਈਨ ਆ ਜੀ ਸਾਰਾ ਮੇਨ ਪ੍ਰੋਬਲਮ ਆ, ਬਹੁਤ ਬੰਦੇ ਕਹਿੰਦੇ ਆ ਵੀ ਟਾਇਲ ਦੇ ਪ੍ਰਾਈਸ ਘਟ ਗਏ ਜੀ, ਕਿਉਂਕਿ ਜਦੋਂ ਦੀ ਮੈਂ ਉਹ ਸੰਭਾਲੀ ਆ ਮੈਂ ਕੋਈ ਚੀਜ਼ ਨਹੀਂ ਦੇਖੀ ਵੀ ਜਿਹਦਾ ਪ੍ਰਾਈਸ ਘਟਿਆ ਹੋਵੇ। ਐਕਚੁਅਲ ਦੇ ਵਿੱਚ ਕੀ ਹੈ, ਜਿਹੜਾ ਖਾਕੀ ਡੱਬੇ ਵਾਲਾ ਜਾਂ ਸ਼ਾਂਟੀ ਤੋਂ ਬਗੈਰ ਵਾਲਾ ਮਾਲ ਚੱਲਿਆ ਹੋਇਆ ਉਹਨੇ ਮਾਰਕੀਟ ਨੂੰ, ਕਿਉਂਕਿ ਕਸਟਮਰ ਨੂੰ ਨੌਲੇਜ ਨਹੀਂ, ਜਿਹੜੇ ਵੀ ਬੰਦੇ ਨੇ ਘਰ ਬਣਾਉਣਾ ਵਾ ਉਹਨੇ ਜਾਣੀ ਕਿ ਸਿਰਫ ਪਹਿਲਾਂ ਰੇਟ ਟਰਾਈ ਕਰਦੇ ਆ। ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਹਾਂ ਵੀ ਜੇ ਤੁਸੀਂ ਰੇਟ ਟਰਾਈ ਕਰਨਾ ਤੁਸੀਂ ਕੰਪਨੀ ਵਾਈਜ਼ ਰੇਟ ਟਰਾਈ ਕਰੋ, ਜੇ ਉਹਦੇ ਵਿੱਚ ਫਰਕ ਹੋਊਗਾ ਫਿਰ ਅਸੀਂ ਦੇਣਦਾਰ ਆ ਜੀ। ਤੇ ਤੋੜ ਤਾੜ ਕੇ ਤਾਂ ਨਹੀਂ ਦਿਖਾਉਣੀਆਂ ਇਹ? ਤੋੜ ਤਾੜ ਕੇ ਜੀ ਉਹ ਵੀ ਜੇ ਕਹੋਗੇ ਤਾਂ ਉਹ ਸਾਨੂੰ ਇਹੀ ਦੁਕਾਨਦਾਰ ਇੱਥੇ ਝਾਂਸਾ ਦਿੰਦੇ, ਉਹ ਸਾਨੂੰ ਸਿੱਟਣ ਦਾ ਹਿਸਾਬ ਹੁੰਦਾ, ਤੁਸੀਂ ਜਿਹੜੀ ਵੀ ਟਾਇਲ ਕਹੋਗੇ ਆਪਾਂ ਤੁਹਾਨੂੰ ਸਿੱਟ ਕੇ ਉਸ ਹਿਸਾਬ ਨਾਲ ਦਿਖਾ ਸਕਦੇ ਹਾਂ। ਹਾਂ ਇਹ ਤਾਂ ਕੱਚ ਆ, ਇਹਨੇ ਤਾਂ ਗਲਤ ਤਰੀਕੇ ਨਾਲ ਸਿੱਟਾਂਗੇ ਤਾਂ ਟੁੱਟ ਜਾਊਗਾ, ਇਹ ਟੁੱਟ ਜਾਣੀ ਆ ਜੀ। ਔਰ ਜੇ ਇਹਨੂੰ ਸਹੀ ਤਰੀਕੇ ਨਾਲ ਜਿਵੇਂ ਸਾਨੂੰ ਸਿੱਟਣ ਦਾ ਹਿਸਾਬ ਆ ਜੀ, ਸ਼ੀਸ਼ਾ ਵੀ ਸਿੱਟਾਂਗੇ ਸਾਡੇ ਤਾਂ ਉਹ ਵੀ ਨਹੀਂ ਟੁੱਟੂਗਾ ਜੀ। ਵੀਰੇ ਇੱਕ ਤਾਂ ਮੈਨੂੰ ਇਹ ਦੱਸੋ ਵੀ ਜਦੋਂ ਆਪਾਂ ਲਾਉਣਾ ਹੁੰਦਾ, ਕਈ ਵਾਰੀ ਤਾਂ ਆਪਾਂ ਬਣਾ ਕੇ ਦਿਖਾ ਦਿੰਦੇ ਹਾਂ ਹਨਾ, ਹਾਂਜੀ, ਤਾਂ ਕਈ ਵਾਰੀ ਕੀ ਹੁੰਦਾ ਕਿ ਕੰਪਿਊਟਰਾਈਜ਼ ਵੀ ਆਪਸ਼ਨ ਮਿਲ ਜਾਂਦਾ ਲੋਕਾਂ ਨੂੰ ਵੀ ਸਾਡੇ ਕਮਰੇ 'ਚ ਲੱਗਿਆ ਕਿਹੋ ਜਿਹਾ ਲੱਗੂਗਾ। ਹਾਂਜੀ ਵੀਰ ਜੀ, ਉਹਦੇ ਵਿੱਚ ਆਪਣੇ ਕੋਲ ਨਾ ਆਪਾਂ 3D ਸੋਫਟਵੇਅਰ ਲਿਆ ਹੋਇਆ ਜੀ, ਔਰ ਉਹਦੇ ਵਿੱਚ ਜਿਹੜਾ 3D ਸੋਫਟਵੇਅਰ ਆ ਉਹਦੇ ਵਿੱਚ ਆਪਾਂ ਬਾਥਰੂਮ ਚਾਹੇ ਫਰਸ਼ ਆ ਚਾਹੇ ਕਿਚਨ ਆ ਉਹਦੀ ਆਪਾਂ ਕਸਟਮਰ ਨੂੰ 3D ਬਣਾ ਕੇ ਦੇਵਾਂਗੇ। ਮਤਲਬ ਉਹਦੇ ਪੈਸੇ ਪੂਸੇ ਨਹੀਂ ਲੱਗਦੇ? ਉਹਦਾ ਪੈਸਾ ਜੇ ਆਪਣੇ ਤੋਂ ਟਾਇਲ ਜਾ ਰਹੀ ਆ ਤਾਂ ਉਹ ਆਪਾਂ ਫ੍ਰੀ ਆਫ ਕੋਸਟ ਸਰਵਿਸ ਦਿੰਦੇ ਹਾਂ। ਉਹਦੇ ਵਿੱਚ ਆਪਣਾ ਸਭ ਤੋਂ ਵੱਡਾ ਰੀਜ਼ਨ ਕੀ ਆ ਵੀ ਜੇ ਆਪਾਂ ਅਗਲੇ ਦੇ ਕੰਮ ਵਧੀਆ ਕਰਾ ਕੇ ਦੇਵਾਂਗੇ ਅਗਲੇ ਨੂੰ ਜਚੂਗਾ ਤਾਂ ਆਪਣਾ ਇੱਕ ਜਾਂ ਦੋ ਕਲਾਇੰਟ ਉਹਨੂੰ ਦੇਖ ਕੇ ਆਪਣੇ ਕੋਲ ਹੋਰ ਆਉਣਗੇ। ਔਰ ਜਿੰਨਾ ਚਿਰ ਗਾਹਕ ਦੇ ਦੀ ਤਸੱਲੀ ਨਹੀਂ ਹੁੰਦੀਗੀ 3D ਦੇ ਵਿੱਚ, ਇੱਕ ਵਿਊ ਦੇਣਾ, ਦੋ ਦੇਣੇ ਆ, ਚਾਰ ਦੇਣੇ ਆ, ਉਹ ਆਪਾਂ ਪ੍ਰੋਵਾਈਡ ਉਹਨਾਂ ਨੂੰ ਕਰਕੇ ਦੇਵਾਂਗੇ ਜੀ। ਤੇ ਆਹ ਪੱਥਰ ਲੱਗਿਆ ਹੋਇਆ? ਹਾਂਜੀ ਇਹ ਗ੍ਰੇਨਾਈਟ ਪੱਥਰ ਆ ਜੀ ਜੀ। ਔਰ ਗ੍ਰੇਨਾਈਟ ਪੱਥਰ ਦੇ ਵਿੱਚ ਵੀ ਆਪਣੇ ਕੋਲ ਜਿਹੜੀ ਰੇਂਜ ਆ ਉਹ ਸਾਰੀ ਹੈਗੀ ਆ, ਇਹਦੇ ਵਿੱਚ ਰਾਜਸਥਾਨ ਵਾਲਾ ਵੀ, ਸਾਊਥ ਦਾ ਵੀ, ਔਰ ਦੂਸਰੇ ਨੰਬਰ ਦੇ ਉੱਪਰ ਜੋ ਅੱਜ ਕੱਲ੍ਹ ਮੈਨ ਮੇਡ ਪੱਥਰ ਚੱਲਦਾ ਕਿਚਨ ਦੀਆਂ ਸਲੈਬਾਂ ਵਾਸਤੇ ਜੀ, ਅਤੇ ਦੂਸਰਾ ਪੌੜੀਆਂ ਵਾਸਤੇ, ਉਹ ਵੀ ਆਪਣੇ ਕੋਲ, ਉਹਦੇ ਵਿੱਚ ਵੀ ਆਪਣੇ ਕੋਲ ਹਰੇਕ ਰੇਂਜ ਹੈਗੀ ਆ ਵੀਰ ਜੀ ਜੀ। ਇਹਦੇ ਵਿੱਚ ਵੀ ਜਿਹੜਾ ਗ੍ਰੇਨਾਈਟ ਪੱਥਰ ਆ ਇਹਦੇ ਵਿੱਚ ਵੀ ਜਿਹੜੀ ਆਪਣੇ ਕੋਲ ਜਿਹੜਾ ਆਪਣੇ ਵੀਡੀਓ ਦੇਖ ਕੇ ਆਊਗਾ, ਸ਼ੇਅਰ ਕਰਕੇ ਆਊਗਾ, ਉਹਨੂੰ ਵੀ ਆਪਾਂ ਸਪੈਸ਼ਲ ਬੈਨੀਫਿਟ ਦੇਵਾਂਗੇ ਜੀ। ਔਰ ਤਕਰੀਬਨ ਆਪਣੇ ਕੋਲ ਜਾਣੀ ਕਿ 65-70 ਰੁਪਏ ਤੋਂ ਗ੍ਰੇਨਾਈਟ ਪੱਥਰ ਆ ਜਿਹੜਾ ਸਟਾਰਟਿੰਗ ਹੋ ਜਾਂਦਾ ਜੀ ਜੀ। ਲਓ ਜੀ ਇਹ ਇਹ ਬਾਈ ਹੋਣਾ ਕੋਲ ਪੱਥਰ ਆ ਸੋਹਣੇ ਸੱਜਣੋ, ਅਤੇ ਜੇ ਕਿਸੇ ਵੀ ਸੱਜਣ ਨੇ ਮਤਲਬ ਲੈਣਾ ਪੱਥਰ ਲੈਣਾ, ਟਾਇਲ ਲੈਣੀ ਆ, ਆਹ ਪੱਥਰ ਦੀ ਸਰਫੇਸ ਹੋਰ ਅਲੱਗ ਕਿਸਮ ਦੀ ਇਹਦੇ ਵਿੱਚ ਵੀ ਜੀ, ਜਿਵੇਂ ਹੁਣ ਆਹ ਥੱਲੇ ਲੱਗਿਆ ਹੋਇਆ ਸੇਮ ਡਿਜ਼ਾਈਨ ਇਹ ਆ ਗਿਆ ਪਲੇਨ ਦੇ ਵਿੱਚ ਜੀ। ਕਈ ਬੰਦੇ ਕਹਿੰਦੇ ਆ ਵੀ ਆਪਾਂ ਨੂੰ ਸਲਿਪਰੀ ਦਾ ਬਿਲਕੁਲ ਡਰ ਨਾ ਹੋਵੇ, ਵੀ ਥੋੜ੍ਹਾ ਜਿਹਾ ਖੁਰਦਰਾ ਪੱਥਰ ਮਿਲ ਜੇ, ਇਹ ਆਪਣੇ ਕੋਲ ਬਹੁਤ ਡਿਜ਼ਾਈਨ ਹੈਗੇ ਜਿਹੜੇ ਆਪਣੇ ਕੋਲ ਸੇਮ 'ਚ ਵੀ ਗਲੋਸ ਦੇ ਵਿੱਚ ਵੀ ਜਾਣੀ ਕਿ ਹੈਗੇ ਔਰ ਖੁਰਦਰੇ ਸਰਫੇਸ ਦੇ ਵਿੱਚ ਵੀ ਹੈਗੇ ਆ। ਇਹਨੂੰ ਅਸੀਂ ਲਪਾਟੋ ਸੀਰੀਜ਼ ਦਾ ਪੱਥਰ ਕਹਿ ਦਿੰਦੇ ਹਾਂ ਜੀ। ਠੀਕ ਆ ਜੀ, ਮਤਲਬ ਮੈਟ ਵਾਂਗੂ ਆ। ਹਾਂਜੀ ਇਹ ਮੈਟ ਵਾਂਗੂ ਆ ਜੀ। ਹਾਂ ਇਹਦੇ 'ਚ ਵੀ ਮਤਲਬ ਇਹ ਕਿਸਮ ਆਉਂਦੀ ਹੈ? ਹਾਂਜੀ ਇਹਦੇ ਵਿੱਚ ਵੀ ਪਲੇਨ ਸਰਫੇਸ ਔਰ ਲਪਾਟੋ ਸਰਫੇਸ ਦੋਨੇ ਤਰ੍ਹਾਂ ਦਾ ਜਿਹੜਾ ਸਰਫੇਸ ਆ ਉਹ ਆਉਂਦਾ ਵਾ ਜੀ। ਆਹ ਕਿੰਨਾ ਸੋਹਣਾ ਯਾਰ, ਇਹ ਪੱਥਰ ਹੀ ਹੈਗਾ ਮੇਨ? ਇਹ ਪੱਥਰ ਆ ਜੀ, ਇਹ ਓਰੀਜਨਲ ਪੱਥਰ ਆ ਜਿਹਨੂੰ ਆਪਾਂ ਕੁਦਰਤੀ ਪੱਥਰ ਕਹਿ ਦਿੰਦੇ ਹਾਂ। ਹੈ ਕਿੰਨਾ ਅਲੱਗ ਤਰ੍ਹਾਂ ਦਾ ਹੈ ਨਾ ਬਾਈ? ਹਾਂਜੀ ਹਾਂਜੀ ਬਿਲਕੁਲ, ਉਹ ਟਾਈਗਰ ਖੇਡ ਜਿੱਤਾ ਹੋਇਆ। ਆਹ ਆਹ ਮੈਨ ਮੇਡ ਲੱਗਦਾ ਕਿ ਨਹੀਂ? ਨਹੀਂ ਨਹੀਂ ਇਹ ਵੀ ਨੈਚੁਰਲ ਆ, ਜਿਵੇਂ ਆਪਾਂ ਕਹਿ ਦਈਏ ਵੀ ਗ੍ਰੀਨ ਪੱਥਰ ਆ। ਇਹ ਜ਼ਿਆਦਾਤਰ ਜਿਵੇਂ ਆਪਣੇ ਪਹਿਲਾਂ ਇਹ ਸ਼ੇਡ ਚੱਲਦਾ ਹੁੰਦਾ ਸੀ ਜਾਂ ਇਹ ਸਰਕਾਰੀ ਸਾਈਡਾਂ ਤੇ ਬਹੁਤ ਚੱਲਦਾ ਵਾ, ਇਹਦੇ ਵਿੱਚ ਵੀ ਯਾਨੀ ਕਿ ਗ੍ਰੀਨ ਪੱਥਰ ਦਾ ਵੀ ਆਪਣੇ ਕੋਲੇ ਫੁੱਲ ਸਟਾਕ ਹੁੰਦਾ। ਇਹ ਜਿਹੜਾ ਪੱਥਰ ਹੈ ਇਹ ਗ੍ਰੇਨਾਈਟ 'ਚ ਨਹੀਂ ਆਉਂਦਾ ਗ੍ਰੀਨ, ਇਹ ਵੈਸੇ ਨੋਰਮਲ ਪੱਥਰ ਦੇ ਵਿੱਚ ਆ ਜਾਂਦਾ ਜੀ। ਜਿਵੇਂ ਹੁਣ ਆ ਗਿਆ ਜੀ, ਇਹਦੀਆਂ ਜਿਹੜੀਆਂ ਸਲੈਬਾਂ ਇਹ ਤੁਹਾਨੂੰ ਵੱਡੀਆਂ ਸਲੈਬਾਂ ਮਿਲਣਗੀਆਂ, ਇਹਦੇ ਵਿੱਚ ਆਪਣੇ ਕੋਲੇ 8 ਫੁੱਟ ਤੋਂ ਸ਼ੁਰੂ ਹੋ ਕੇ 12 ਫੁੱਟ
ਲੰਬੇ ਤੱਕ ਪੱਥਰ ਦੇ ਵਿੱਚ ਰੇਂਜ ਅਵੇਲੇਬਲ ਆ। ਆਹ ਤਾਂ ਛੋਟੇ ਟੁਕੜੇ ਤਾਂ ਮਤਲਬ ਇੱਥੇ ਦਿਖਾਉਣ ਵਾਸਤੇ, ਇਹ ਦਿਖਾਉਣ ਵਾਸਤੇ ਆਪਾਂ ਲਾਏ ਹੋਏ, ਜਿਵੇਂ ਹੁਣ ਗਰਮੀਆਂ ਦੇ ਵਿੱਚ ਆਪਾਂ ਕਸਟਮਰ ਨੂੰ ਬਾਹਰ ਥੋੜਾ ਜਿਹਾ ਉਹਨਾਂ ਨੂੰ ਦੇਖਣ ਦੇ ਵਿੱਚ ਔਖਾ ਹੁੰਦਾ, ਤਾਂ ਕਰਕੇ ਆਪਾਂ ਕਟਿੰਗ ਕਰਕੇ ਆਹ ਮੈਨ ਮੇਡ ਪੱਥਰ ਆ ਜਾਂਦਾ ਜੀ। ਅੱਛਾ, ਆਹ ਵਾਲਾ ਜੀ, ਆਹ ਜਿਹੜੇ ਆਪਾਂ ਕਈ ਵਾਰੀ ਕੰਧਾਂ ਤੇ ਜਾਂ ਥੰਮਲਿਆਂ ਤੇ ਜਾਂ ਉੱਥੇ ਲਾਉਣੇ, ਸਲੈਬਾਂ ਤੇ ਲਾਉਣੇ, ਹਾਂਜੀ ਸਲੈਬਾਂ ਤੇ ਲਾਉਣੇ ਆ ਕਿਚਨ ਦੇ ਵਿੱਚ ਜਾਂ ਪੌੜੀਆਂ ਦੇ ਉੱਪਰ, ਜਿਹੜੇ ਕੁਦਰਤੀ ਪੱਥਰ ਦੇ ਵਿੱਚ ਕਲਰ ਨਹੀਂ ਆਉਂਦੇ ਉਹ ਜਾਣੀ ਕਿ ਕਲਰ ਕੰਪਨੀਆਂ ਨੇ ਹੁਣ ਇਹਦੇ ਵਿੱਚ ਮੈਨ ਮੇਡ ਪੱਥਰ ਦੇ ਵਿੱਚ ਬਣਾਤੇ, ਇਹਨੂੰ ਨੈਨੋ ਵੀ ਕਹਿ ਦਿੰਦੇ ਆ। ਇਹ ਪੌੜੀਆਂ ਦੇ ਸਟੈਪ ਜੀ, ਜਿਨ੍ਹਾਂ ਨੇ ਜਾਣੀ ਕਿ ਪੱਥਰ ਨਹੀਂ ਲਾਉਣਾ ਉਹਨਾਂ ਨੂੰ ਹੁੰਦਾ ਵੀ ਆਪਾਂ ਪੌੜੀਆਂ ਦੇ ਰੈਡੀਮੇਡ ਸਟੈਪ ਲਾ ਲਈਏ। ਹੁਣ ਆਹ ਵਾਲੇ ਪੀਸ ਵੀ ਆਪਣੇ ਕਟਿੰਗ ਕਰਵਾ ਕੇ ਲਏ ਵੀ ਆਪਾਂ ਨੂੰ 8 ਫੁੱਟ 10 ਫੁੱਟ ਵੱਡੀਆਂ ਸਲੈਬਾਂ ਮਿਲਣਗੀਆਂ, ਇਹਦੇ ਵਿੱਚ ਆਪਣੇ ਕੋਲ ਦੋਨੇ ਸਾਈਜ਼ ਅਵੇਲੇਬਲ ਆ। ਇਹ ਤਾਂ ਆਪਾਂ ਦਿਖਾਉਣ ਲਈ ਛੋਟੇ ਲਾਤੇ, ਇਹ ਦਿਖਾਉਣ ਵਾਸਤੇ ਆਪਾਂ ਛੋਟੇ ਲਾਤੇ। ਔਰ ਜਿਹੜੀ ਇਹਦੇ ਵਿੱਚ ਵੀ ਆਪਾਂ ਜਿੰਨੇ ਡਿਜ਼ਾਇਨ ਕਰਦੇ ਹਾਂ ਇਹਦੇ ਵਿੱਚ ਵੀ ਜਾਣੀ ਕਿ ਕਲਰ ਬੋਡੀ, ਫੁੱਲ ਬੋਡੀ, ਨੋਰਮਲ ਬੋਡੀ ਬਹੁਤ ਤਰ੍ਹਾਂ ਦਾ ਆ ਜਾਂਦਾ ਆਪਣੇ ਕੋਲ। ਜਿਹੜੇ ਇਹਦੇ ਵਿੱਚ ਆਪਾਂ 90% ਡਿਜ਼ਾਇਨ ਕਰਦੇ ਹਾਂ ਆਪਾਂ ਫੁੱਲ ਬੋਡੀ 'ਚ ਕਰਦੇ ਹਾਂ, ਜਿਨ੍ਹਾਂ ਦਾ ਉੱਪਰ ਜੋ ਕਲਰ ਆਪਾਂ ਨੂੰ ਨਜ਼ਰ ਆ ਰਿਹਾ ਬੈਕ ਸਾਈਡ ਐਂਡ ਤੱਕ ਸੇਮ ਕਲਰ ਆ ਜੀ। ਠੀਕ ਹੈ ਜੀ, ਅਤੇ ਆਹ ਬਈ ਆਹ ਆਹ ਆ ਗਿਆ ਆਪਣੇ ਕੰਧਾਂ 'ਤੇ ਲੱਗਣ ਵਾਲਾ। ਹਾਂਜੀ, ਇਹ ਮੇਨ ਐਲੀਵੇਸ਼ਨ 'ਤੇ ਯੂਜ਼ ਹੁੰਦਾ। ਔਰ ਜਾਂ ਆਪਾਂ ਕਹਿ ਦਈਏ ਵੀ ਆਪਾਂ ਕਮਰੇ ਦਾ ਫਲੋਰ ਨੈਚੁਰਲ ਵੁਡਨ ਇੰਪੈਕਟ ਦੇ ਵਿੱਚ ਕਰਨਾ ਤਾਂ ਆਪਾਂ ਇਹਨੂੰ ਫਲੋਰਿੰਗ ਜੋ ਆਪਾਂ ਇਹਦੇ ਵਿੱਚ ਕੁਆਲਿਟੀ ਕਰਦੇ ਹਾਂ ਇਹ ਵਾਲ ਪਲੱਸ ਫਲੋਰ ਦੋਨਾਂ ਜਗ੍ਹਾ 'ਤੇ ਆਪਾਂ ਯੂਜ਼ ਕਰ ਸਕਦੇ ਹਾਂ ਇਹਨੂੰ ਜੀ। ਠੀਕ ਹੈ, ਇਹਦੇ ਵਿੱਚ ਵੀ ਵੁਡਨ ਦੇ ਵਿੱਚ ਜਿੰਨੇ ਵੀ ਕਲਰ ਆਉਂਦੇ ਆ ਸਾਰੇ ਆਪਣੇ ਕੋਲ ਜਾਣੀ ਕਿ ਇਹ ਫੁੱਲ ਸਟਾਕ ਦੇ ਵਿੱਚ ਹੈ ਜੀ। ਇਹਦੇ ਵਿੱਚ 8x40 ਸਾਈਜ਼, ਆਹ ਵਾਲਾ 8x48 ਆ ਗਿਆ, ਬਿਲਕੁਲ ਨੈਚੁਰਲ। ਜਿਵੇਂ ਆਪਾਂ ਲੱਕੜ ਨੂੰ ਚੀਰਾ ਦਿੰਦੇ ਹਾਂ ਇਹਦਾ ਟੈਲ ਦਾ ਇੰਪੈਕਟ, ਕਿਵੇਂ ਕਿਤੇ ਗੱਠ ਆ ਗਈ ਕਿਤੇ ਪਲੇਨ ਆ ਗਈ, ਸੇਮ ਉਦਾਂ ਦਾ ਇੰਪੈਕਟ ਆ ਇਹਨਾਂ ਦਾ ਜੀ, ਬਿਲਕੁਲ ਨੈਚੁਰਲ ਇੰਪੈਕਟ ਜੀ। ਜਿਵੇਂ ਆਪਾਂ ਫੱਟੇ ਚੀਰੇ ਹੁੰਦੇ ਆ, ਜਿਵੇਂ ਫੱਟੇ ਚੀਰੇ ਹੁੰਦੇ ਆ, ਬਿਲਕੁਲ ਜਿਵੇਂ ਆਹ ਬਣਾਇਆ ਹੋਇਆ। ਹਾਂਜੀ, ਇਹ ਕੁਦਰਤੀ ਦਿੱਖ ਦੇਣ ਲਈ ਬਣਾਇਆ ਹੋਇਆ ਮੈਂ। ਬਿਲਕੁਲ ਜੀ, ਆਹ ਦੇਖ ਪ੍ਰੀਤ, ਹੈਂ ਆਹ ਬਿਲਕੁਲ ਉਵੇਂ ਬਣਾਇਆ ਹੋਇਆ, ਪਹਿਲਾਂ ਉਵੇਂ ਪਲਾਈ ਹੁੰਦੀ ਸੀ ਐਵੇਂ। ਬਾਕੀ ਇਹਦੇ ਵਿੱਚ ਹੁਣ ਥੱਲੜਲੇ ਪਾਸੇ ਆ ਜਾਣੀ ਹੈ ਐਲੀਵੇਸ਼ਨ ਵਾਲੀ ਟੈਲ, ਕਿਉਂਕਿ ਅੱਜ ਕੱਲ੍ਹ ਆ ਪੇਂਟ ਜਿਹੜਾ ਆਪਾਂ ਕਰਾਉਂਦੇ ਹਾਂ ਆਪਣੇ ਸਲਾਬ ਦੀ ਛੋਰੇ ਦੀ ਬਹੁਤ ਪ੍ਰੋਬਲਮ ਆ, ਉਹਦੇ ਕਰਕੇ ਪੇਂਟ ਨਾ ਆਪਣੇ ਖੜਦਾ ਨਹੀਂ ਗਾ, ਤਾਂ ਕਰਕੇ ਐਲੀਵੇਸ਼ਨ ਦੀ ਟੈਲ ਵੀ ਆਪਣੇ ਕੋਲ ਜਾਣੀ ਕਿ ਰਿਕੁਆਇਰਮੈਂਟ ਬਹੁਤ ਜ਼ਿਆਦਾ ਆ। ਇਹਦੇ ਵਿੱਚ ਵੀ ਜਿਹੜਾ ਆਪਣੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਆਪਣੇ ਕੋਲ ਆਊਗਾ, ਜਿਹੜਾ ਬਾਕਸ 250 ਰੁਪਏ ਦੀ ਰੇਂਜ ਦੇ ਵਿੱਚ ਸੀਗਾ ਉਹ ਆਪਾਂ ਨੂੰ ਨੈੱਟ 200 ਰੁਪਏ ਦਾ ਆਪਾਂ ਬਾਕਸ ਦੇਵਾਂਗੇ ਵੀਰ ਜੀ। ਜਿਹੜਾ ਬੰਦਾ ਵੀ ਤੁਹਾਡਾ ਨਾਮ ਆਪਣੇ ਕੋਲ ਆ ਕੇ ਲਊਗਾ ਸਿੱਧਾ ਉਹਨੂੰ 50 ਰੁਪਏ ਡੱਬੇ ਦਾ ਆਪਾਂ ਡਿਸਕਾਊਂਟ ਦੇਵਾਂਗੇ ਐਲੀਵੇਸ਼ਨ ਟਾਇਲ ਦੇ ਵਿੱਚੋਂ ਵੀ। ਲਓ ਜੀ, ਔਰ ਇਹਦੇ ਵਿੱਚ ਵੀ ਜਾਣੀ ਕਿ ਡਿਜ਼ਾਇਨਿੰਗ ਆਪਣੇ ਕੋਲ ਤਕਰੀਬਨ 150 ਦੇ ਕਰੀਬ ਆਪਣੇ ਕੋਲ ਡਿਜ਼ਾਇਨ ਹੈਗਾ ਇਹਦੇ ਵਿੱਚ, ਅਲੱਗ ਅਲੱਗ ਸਾਈਜ਼ਾਂ ਦੇ ਵਿੱਚ ਜੀ, 12x18 ਤੋਂ ਸ਼ੁਰੂ ਹੋ ਕੇ 2x1 8x40 8x48 4x2 ਹਰੇਕ ਸਾਈਜ਼ ਦੇ ਵਿੱਚ ਜਾਣੀ ਕਿ ਆਪਣੇ ਕੋਲ ਐਲੀਵੇਸ਼ਨ ਦੀ ਟਾਇਲ ਹੈਗੀ ਹੈ, ਬਿਲਕੁਲ ਨੈਚੁਰਲ ਇੰਪੈਕਟ ਦੇ ਵਿੱਚ ਜੀ। ਔਰ ਇਹਦੇ ਕਲਰ ਦੀ ਬਾਹਰ ਆਪਣੀ ਲਾਈਫ ਟਾਈਮ ਦੀ ਜਾਣੀ ਕਿ ਆਪਣੀ ਜ਼ਿੰਮੇਵਾਰੀ ਹੋਊਗੀ ਵੀ ਕਲਰ ਨਹੀਂ ਟਾਇਲ ਦਾ ਫੇਟ ਹੋਊਗਾ ਜੀ, ਮਤਲਬ ਕੋਈ ਧੁੱਪ ਧੱਪ ਦਾ ਕੋਈ ਮੀਂਹ ਦਾ ਅਸਰ ਨਹੀਂ ਕਰਦੇ, ਕੋਈ ਇੰਪੈਕਟ ਨਹੀਂ ਹੋਊਗਾ ਜੀ ਉਹਦਾ। ਇਹ ਆਊਟਡੋਰ ਵਾਲੀ ਹੈ, ਇਹ ਆਊਟਡੋਰ ਵਾਸਤੇ ਹੈ। ਆਊਟਡੋਰ ਦੇ ਵਿੱਚ ਵੀ ਆ ਕਈ, ਜਿਵੇਂ ਹੁਣ ਆਪਣੇ ਕਮਰਿਆਂ ਦੇ ਵਿੱਚ ਵੀ ਇੱਕ ਵਾਲ ਆਪਾਂ ਵਾਲਪੇਪਰ ਦੀ ਤਰ੍ਹਾਂ ਆਪਾਂ ਯੂਜ਼ ਕਰਨੀ ਆ ਇੱਕ ਵਾਲ ਦੇ ਵਿੱਚ, ਜਾਂ ਆਪਣੇ ਡਰਾਇੰਗ ਰੂਮ ਦੀ ਇੱਕ ਵਾਲ ਡਿਜ਼ਾਇਨਿੰਗ ਦੇ ਤੌਰ 'ਤੇ ਉਸ ਜਗ੍ਹਾ 'ਤੇ ਵੀ ਇਹ ਕਾਫੀ ਟਾਇਲ ਯੂਜ਼ ਹੁੰਦੀ ਹੈ ਜੀ। ਇਹਦੇ ਵਿੱਚ ਆਪਾਂ ਨੂੰ ਆਹ ਪਲੇਨ ਸਰਫੇਸ ਵੀ, ਔਰ ਇਹਦੇ ਵਿੱਚ ਆਪਣੇ ਕੋਲ ਡੀਪ ਸਰਫੇਸ ਵੀ, ਜਿਵੇਂ ਹੁਣ ਇਹਦਾ ਜਿਹੜਾ ਸਰਫੇਸ ਆ ਇਹ ਡੀਪ 5 ਆ ਜਾਂਦਾ ਜੀ, ਬਿਲਕੁਲ ਜਿਵੇਂ ਆਪਾਂ ਕਹਿ ਦਈਏ ਨਾ ਨੈਚੁਰਲ ਸਟੋਨ ਲੱਗਦਾ ਜਿਹੜਾ, ਜੇ ਆਪਾਂ ਨੈਚੁਰਲ ਸਟੋਨ ਲਾਉਂਦੇ ਉਹਦੇ ਵਿੱਚ ਬਜਟ ਬਹੁਤ ਜ਼ਿਆਦਾ ਉੱਪਰ ਚਲਿਆ ਜਾਂਦਾ, ਇਹਦੇ ਵਿੱਚ ਬਜਟ ਆਪਣਾ ਉਹੀ ਨੋਰਮਲ ਰਹਿਣਾ ਜੀ। ਜੀ, ਸਭ ਤੋਂ ਵੱਡੀ ਗੱਲ ਇਹ ਹੈ ਵੀ ਸੱਜਣੋ ਤੁਹਾਡੇ ਲਈ ਇਹ 3D ਸੁਵਿਧਾ ਉਪਲਬਧ ਹੈ,
ਕਿ ਜੇ ਤੁਸੀਂ ਆਪਣੇ ਕਮਰੇ ਦਾ, ਆਪਣੇ ਬਾਥਰੂਮ ਦਾ, ਆਪਣੇ ਕਿਸੇ ਵੀ ਚੀਜ਼ ਦਾ 3D ਬਣਵਾ ਕੇ ਦੇਖਣਾ ਚਾਹੁੰਦੇ ਹਾਂ, ਉਹ ਵੀ ਦੇਖਿਆ ਜਾਊਗਾ। ਤੁਹਾਨੂੰ ਸੈਂਟਰੀ ਦਾ ਕੋਈ ਵੀ ਸਮਾਨ ਚਾਹੀਦਾ, ਤੁਹਾਨੂੰ ਹੋਲਸੇਲ ਰੇਟ 'ਤੇ ਖੁੱਲ੍ਹਾ, ਭਰੇ ਪਏ ਆ ਗਡਾਉਣ ਸੱਜਣੋ ਟਾਈਲਾਂ ਨਾਲ, ਭਰੇ ਪਏ ਆ ਗਡਾਉਣ ਸੱਜਣੋ ਪਾਈਪਾਂ ਨਾਲ, ਮਤਲਬ ਖੁੱਲ੍ਹਾ ਸਮਾਨ ਆ। ਤੁਹਾਨੂੰ ਇਸ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਹਾਡਾ ਬਜਾਜ ਕਾਰਡ ਆ ਜਿਹੜਾ ਉਹ ਇਹਨਾਂ ਦੀ ਦੁਕਾਨ ਦੇ ਹਰੇਕ ਸਮਾਨ 'ਤੇ ਚੱਲ ਸਕਦਾ। ਮਤਲਬ ਜਿੰਨੀ ਤੁਹਾਡੇ ਬਜਾਜ ਕਾਰਡ ਦੀ ਲਿਮਿਟ ਹੈ, ਉਹ ਲਿਮਿਟ ਦੇ ਮੁਤਾਬਕ ਤੁਸੀਂ ਇੱਥੋਂ ਸਮਾਨ ਆ ਸੱਜਣੋ ਖਰੀਦ ਸਕਦੇ ਹਾਂ, ਅਤੇ ਪੈਸੇ ਆ ਜਿਹੜੇ ਉਹ ਕਿਸ਼ਤਾਂ 'ਚ ਦੇ ਸਕਦੇ ਹਾਂ।